ਮਲ ਦੇ ਦਰਬਾਰ ਵਿੱਚ ਆਏ ਹੋਏ ਮੀਟਿੰਗ ਕਰਨੀ ਆ, ਸਵਾਗਤ ਕੀਤਾ ਜਾਂਦਾ। ਬਾਬਾ ਨਿਰਮਲ ਨੇ ਰੋਣੇ ਵਾਲੇ ਬੰਗਾ ਪਲੇਨ ਗ੍ਰਾਂ ਦੇ ਰੋਣੇ ਵਾਲੇ ਬਾਬਾ ਨਿਰਮਲ ਜੀ, ਉਹਦੇ ਪਿਓ ਦਾ ਨਾਮ ਭੁਲੇ ਬ੍ਰਹਮਣ ਹੈ, ਉਹਦੀ ਮਾਤਾ ਦਾ ਨਾਂ ਰਿਨੀ ਹੈ। ਠੀਕ ਹੈ, ਬਾਬਾ ਨਿਰਮਲ ਜੀ ਬਰਿਆਲ ਬਣੇ ਵਾਸਤੇ ਨਾਥਨ ਥਾਣੇ ਵਿੱਚ ਆਏ ਹੋਏ ਅਤੇ ਬਾਬਾ ਨਿਰਮਲ ਕਹਿੰਦੇ ਕਿਤੇ ਕੁਛ ਭੁੱਤੇ ਬ੍ਰਾਹਮਣ ਹਾਂ, ਬਾਬਾ ਨਿਰਮਲ ਜੀ ਚੁਗਲੀਆਂ ਲਾਉਂਦਾ ਹਾਂ, ਲੇਕਿਨ ਬਾਬਾ ਨਿਰਮਲ ਜਿਹੜੇ ਸਿੱਧੇ ਸਾਦੇ ਹੈ, ਇੱਕ ਧਰਮ ਇਨਸਾਨ ਹੈ, ਉਹਨੇ ਵੀ ਇਹ ਚੀਜ਼ਾਂ ਚੰਗੀਆਂ ਨਹੀਂ ਲੱਗੀਆਂ ਅਤੇ ਬਾਬਾ ਨਿਰਮਲ ਨੇ ਆਪਣਾ ਜਿਹੜੇ ਜਾਨਵੇ ਕੁਰਬਾਨ ਕਰੀ ਦਿੱਤੀ ਅਤੇ ਇਹ 6 ਮਹੀਨੇ ਦਾ ਜਿਹੜਾ ਸਾਰਾ ਕਿਤੇ ਸਾਰਾ ਜਿਹੜਾ ਰਾਈ ਬਾਈ ਹੁੰਦੀ ਹੈ, ਜਿਵੇਂ ਸਾਡੀ ਕਣਕ ਹੁੰਦੀ ਹੈ, ਇੱਕ ਵਾਰੀ ਮੱਕੀ ਹੁੰਦੀ ਹੈ, 6-6 ਮਹੀਨੇ ਬਾਅਦ ਬਾਬਾ ਨਿਰਮਲ ਦੇ ਦਰਬਾਰ ਦਾ ਮੇਲਾ ਲੱਗਦਾ ਅਤੇ ਜਿਹੜਾ ਸਾਡੀ ਮੱਕੀ ਜਾਂ ਕਣਕ ਜਿਹੜਾ ਵੀ ਫਸਲ ਨਿਕਲਦੀ ਹੈ 6 ਮਹੀਨੇ ਦੇ ਅੰਦਰ, ਉਹਦਾ ਬਾਬਾ ਨਿਰਮਲ ਦਾ ਉੱਥੇ ਭੋਗ ਲੱਗਦਾ ਔਰ ਜਿਹੜੀ ਬਰਾਦਰਾਂ ਨੇ ਉਹ ਆਪਣੇ ਜੋ ਵੀ ਉੱਥੇ ਕਣਕ ਜਾਂ ਮੱਕੀ ਜੋ ਵੀ ਹੁੰਦੀ ਹੈ ਉਹ ਬਾਬੇ ਨੂੰ ਚੜ੍ਹਾਉਂਦੇ ਨੇ, ਉਹਨਾਂ ਨੂੰ ਉਹਦਾ ਪ੍ਰਸ਼ਾਦ ਬਣਦਾ ਅਤੇ ਸਾਰੀ ਸੰਗਤ ਦਿੱਤਾ ਜਾਂਦਾ ਔਰ ਮੀਡੀਆ ਕਰਮ ਦਾ ਸਵਾਗਤ ਕਰਦੇ ਕਿ ਅਸੀਂ ਸਾਡੇ ਉੱਥੇ ਬਾਬਾ ਨਿਰਮਲ ਦੇ ਸਥਾਨ ਪਰ ਸਵਾਗਤ ਕਰਨੇ ਹਾਂ ਕਿ ਇੱਥੇ ਵਾਰ ਵਾਰ ਆਉਣ ਔਰ ਸਾਡੀ ਵੀ ਜਿਹੜੀ ਉੱਥੇ ਲੋਕਾਂ ਨੂੰ ਜਾਂ ਬਾਬਾ ਨਿਰਮਲ ਦੇ ਸਥਾਨ ਦੀ ਜਿਹੜੀ ਕਠਿਨਾਈਆਂ ਉਹਦਾ ਜਿਹੜਾ ਉਹਨਾਂ ਦੇ ਸਮਾਧਾਨ ਹੋਇਆ। ਸਾਡੀ ਇਹ ਗੁਜ਼ਾਰਿਸ਼ ਹੈ ਕਿ ਬਾਬਾ ਨਿਰਮਲ ਦੇ ਜ਼ਿਆਦਾ ਤੋਂ ਜ਼ਿਆਦਾ ਲੋਕ ਸ਼ਰਧਾਲੂ ਆਉਣ, ਸਾਡੇ ਗ੍ਰਾਂ ਦੀ ਵੀ ਹੁਣ ਸਹੀ ਔਰ ਮੀਡੀਆ ਕਰਮੀ ਦਾ ਵੀ ਅਸੀਂ ਧੰਨਵਾਦ ਕਰਨੇ ਹਾਂ ਜਿਹਨੇ
ਕਿੰਨੀ ਦੂਰ ਦਾ ਜਿੱਥੇ ਬਾਬਾ ਨਿਰਮਲ ਦੇ ਸਥਾਨ ਉੱਪਰ ਅਸੀਂ ਕਦਮ ਰੱਖਿਆ। ਮੈਂ ਨਰਿੰਦਰ ਇਹ ਆਖਣਾ ਚਾਹੁੰਦਾ ਕਿ ਕੋਈ ਐਸਾ ਕੰਮ ਕਰੋ ਕਿ ਬੀਜੇਪੀ ਦੀ ਉਹਨੇ ਸਰਕਾਰ ਵੀ ਹੈ, ਉਸ ਬੀਜੇਪੀ ਕੰਨੇ ਚੱਲਦੇ ਹੋ ਤੇ ਬਾਬਾ ਨਿਰਮਲ ਦੇ ਸਥਾਨ ਪਰ ਬੜੇ ਕੰਮ ਕਰਨ ਵਾਲੇ ਨੇ ਸਰ, ਜਗ੍ਹਾ ਵੀ ਲੈਵਲ ਕਰਨ ਵਾਲੀ ਹੈ, ਹੋਰ ਵੀ ਬੜੇ ਕੰਮ ਤੇ ਬਾਬਾ ਨਿਰਮਲ ਦੇ ਕੋਈ ਐਸੀ ਕਿਰਪਾ ਕਰੋ ਕਿ ਬਾਬਾ ਨਿਰਮਲ ਦੇ ਸਥਾਨ ਉੱਪਰ ਕੋਈ ਅੱਛੀ ਚੀਜ਼ ਬਣੀ ਆ। ਬੜੀਆਂ ਚੀਜ਼ਾਂ ਦੀ ਇੱਥੇ ਜ਼ਰੂਰਤ ਆ, ਔਰ ਖਾਸ ਕਰਕੇ ਮੈਂ ਬਾਬਾ ਨਿਰਮਲ ਦੇ ਸਥਾਨ ਪਰ ਰੱਖਣਾ ਆਉਣ ਵਾਲੇ ਸ਼ਰਧਾਲੂ ਉੱਥੇ ਪੁੱਲ ਦੀ ਬੜੀ ਕਮੀ ਹੈ। ਮੈਂ ਚਾਹੁੰਦਾ ਕਿ ਬਾਬਾ ਨਿਰਮਲ ਦੀ ਇਹਦੇ ਥਰੂ ਕੋਈ ਉੱਥੇ ਤੱਕ ਪੁੱਜਾ ਕਿ ਤਾਂ ਕਿ ਅਗਲੇ ਮੇਲ ਆਉਣੇ ਦਾ ਕੋਈ ਬਾਬਾ ਨਿਰਮਲ ਦੇ ਪੁੱਲ ਦਾ ਕੋਈ ਉਦਘਾਟਨਾ ਹੀ ਆ। ਠੀਕ ਹੈ, ਮੇਰੀ ਇਹਨਾਂ ਗੱਲਾਂ ਵਾਲੇ ਤੁਹਾਨੂੰ ਸਰਵ ਪ੍ਰਥਮ ਤੇ ਮੈਂ ਪਹਿਲੇ ਬਾਬਾ ਜੀ ਦੇ ਚਰਨੇ 'ਚ ਕੋਟੀ ਕੋਟੀ ਨਮਨ ਕਰਨਾ ਕਿ ਅੱਜ ਅਸ ਬਾਬਾ ਨਿਰਮਲ ਜੀ ਦੇ ਸਥਾਨ ਨਾਥਲ ਗ੍ਰਾਂਡ ਵਿੱਚ ਅਸ ਇੱਥੇ ਆਏ ਹਾਂ। ਨਾਥਲ ਗ੍ਰਾਂਡ ਜਿਹੜਾ ਹੈ ਇਹ ਸ਼ੰਭ ਵਿਧਾਨ ਸਭਾ ਖੇਤਰ 82 ਦੇ ਵਿੱਚ ਪੈਂਦਾ, ਔਰ ਅਸੀਂ ਵੀ ਇੱਥੇ ਆਉਣ ਦਾ ਜਿਹੜਾ ਸੌਭਾਗਯ ਪ੍ਰਾਪਤ ਹੋਇਆ, ਔਰ ਇੱਥੇ ਆਏ ਦੇ ਅਸੀਂ ਇੱਥੇ ਦੇ ਪੁਜਾਰੀ ਪੁਰਸ਼ੋਤਮ ਜੀ ਉਹਦੇ ਕੰਨੇ ਵੀ ਮਿਲਣ ਦਾ ਅਸੀਂ ਸੌਭਾਗਯ ਪ੍ਰਾਪਤ ਹੋਇਆ, ਔਰ ਸਾਡੇ 'ਚ ਟਿਬਲ ਸ਼ਰਮਾ ਜੀ ਇਹਦੇ ਕੰਨੇ ਵੀ ਮਿਲਣ ਦਾ ਮੌਕਾ ਮਿਲਿਆ, ਦੀਪਕ ਜੀ ਨੇ ਮੇਰੇ ਕੰਨੇ ਬੈਠੇ ਦੇ, ਸੋਹਣ ਲਾਲ ਭੋਜਕੀਰ ਬੈਠੇ ਦੇ ਨੇ, ਔਰ ਵੀ ਸਾਡੇ ਕਮਲ ਹੋਰ ਬੈਠੇ ਦੇ ਨੇ, ਔਰ ਰੋਸ਼ਨ ਜੀ ਬੈਠੇ ਦੇ, ਕਾਫੀ ਇੱਥੇ ਜਿਹੜੀ ਆਪਣੀ ਸੰਗਤ ਬਾਬਾ ਜੀ ਦੀ ਇੱਥੇ ਸਾਰੀ ਬੈਠੀ ਦੀ ਹੈ। ਜਿਵੇਂ ਕਿ ਤੁਸੀਂ ਵੀ ਇਹਨੇ ਸਾਰੀ ਬਾਬਾ ਜੀ ਦੀ ਜਿਹੜੀ ਹੈ ਇੰਡਸਟਰੀ ਦੇ ਬਾਰੇ 'ਚ ਪੂਰਾ ਦੱਸਿਆ, ਔਰ ਇਹ ਬੜੀ ਹੀ ਆਖਦੇ ਨੇ ਕਿ ਪਵਿੱਤਰ ਜਗ੍ਹਾ, ਔਰ ਇੱਥੇ ਮੰਗੀਆਂ ਮੁਰਾਦਾਂ ਵੀ ਪੂਰੀਆਂ ਹੁੰਦੀਆਂ ਨੇ, ਭਗਤ ਜਨ ਇੱਥੇ ਆਉਂਦੇ ਨੇ ਸੁੱਖਣਾ ਕਰਦੇ ਨੇ, ਚਾਹੇ ਜਾਨਵਰੇ ਦੇ ਪ੍ਰਤੀ ਕਈ ਵਾਰੀ ਗਾਏ ਬੈਂਸ ਅਗਰ ਦੁੱਧ ਨਹੀਂ ਦਿੰਦੀ ਉਹਦੀਆਂ ਵੀ ਸੁੱਖਣਾ ਹੁੰਦੀਆਂ, ਚਮੜੀ ਰੋਗ ਹੋਣ ਉਹਦੀ ਵੀ ਸੁੱਖਣਾ ਹੁੰਦੀਆਂ ਨੇ, ਕਾਫੀ ਸਾਰੀ ਸੁੱਖਣਾ ਜਿਹੜੇ ਲੋਕ ਆਪਣੇ ਬੱਚੇ ਲਈ ਵੀ ਸੁੱਖਣਾ ਕਰਦੇ ਨੇ, ਨੌਕਰੀਆਂ ਨਹੀਂ ਲੱਗਦੀਆਂ ਉਹਦੀਆਂ ਵੀ ਨੌਕਰੀ ਇੱਥੇ ਬਾਬਾ ਜੀ ਦੇ ਸਥਾਨ 'ਚ ਉੱਥੇ ਜਿਹੜੇ ਵੀ ਇੱਥੇ ਸੁੱਖਣ ਕਰੀਏ ਜਾਂਦੇ ਉਹਦੀ ਮਨੋਕਾਮਨਾ ਜਿਹੜੀ ਉਹ ਜ਼ਰੂਰ ਇੱਥੇ ਪੂਰੀ ਹੁੰਦੀ ਹੈ, ਔਰ ਬੜੀ ਅੱਛੀ ਵਿਵਸਥਾ ਜਿਹੜੀ ਇੱਥੋਂ ਦੀ ਕਮੇਟੀ ਹੈ, ਬੜੀ ਅੱਛੀ ਵਿਵਸਥਾ ਅਸੀਂ ਦੇਖਿਆ ਕਿ ਜੀਆਂ ਨਿਕਲੇ ਆ, ਔਰ ਕਾਫੀ ਅੱਛੇ ਢੰਗ ਨਾਲ ਗੱਡੀਆਂ ਦੀ ਹਰ ਜਗ੍ਹਾ ਦੀ ਸੁਵਿਧਾ ਇਹਨੇ ਤਿਆਰ ਕੀਤੀ ਦੀ ਹੈ। ਔਰ ਮੈਂ LG ਪ੍ਰਸ਼ਾਸਨ ਕੰਨੇ ਵੀ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਕੰਨੇ ਗੁਹਾਰ ਲੱਗਾ, ਕਿਉਂਕਿ ਇਹ ਸਥਾਨ ਜਿਹੜਾ ਹੈ ਉਹ ਬਿਲਕੁਲ ਟੰਡੀ ਖੇਤਰ ਵਿੱਚ ਸਥਾਨ ਹੈ, ਔਰ ਖਾਸ ਕਰ ਇੱਥੇ ਦਿਖਾਵਾਂ ਕਿ ਇਹ ਸਥਾਨ ਅਗਰ ਇੱਥੇ ਆਉਣਾ ਹੋਵੇ ਤੇ ਇੱਕ ਬੜਾ ਵੱਡੀ ਖੱਡ ਹੈ ਉਹ ਟੱਪੀ ਆਉਣਾ ਪੈਂਦਾ, ਤੇ ਅਗਰ ਇੱਥੇ ਕਦੇ ਬਾੜ ਆਈ ਆ ਤੇ ਬਾੜ ਆਵੇ ਵੀ ਇੱਥੇ ਪੁੱਜਣਾ ਜਿਹੜਾ ਪੋਸੀਬਲ ਨਹੀਂ ਹੈ। ਔਰ ਵੀ ਕਾਫੀ ਇਸ ਸਥਾਨ ਦੇ ਰਿਲੇਟਡ ਵੀ ਅੱਗੇ ਤੋਂ ਚੱਲੀ ਆਉਂਦੇ, ਕਾਫੀ ਗ੍ਰਾਂ ਜਿਹੜੇ ਲੱਗਦੇ ਨੇ ਉਹ ਕਾਫੀ ਲੋੜ ਜਿਹੜੇ ਨੇ ਉਹ ਰੋਡ ਕੋਲੋਂ ਵੰਚਿਤ ਨੇ ਇੱਥੇ, ਤੇ ਪਿੱਛੇ ਨਾਥਲ ਜਿਹੜਾ ਹੈ ਉਹ ਹੁਣ ਇਹ ਵੀ ਅਸ ਗਵਰਨਮੈਂਟ ਦਾ ਧੰਨਵਾਦ ਕਰਨਾ ਕਿ ਉੱਪਰ ਅਸ ਦੇਖਾ ਕਿ ਰੋਡ ਬਣਨਾ ਸ਼ੁਰੂ ਹੋਈ ਹੈ, ਨਹੀਂ ਤੇ ਇਹ ਗ੍ਰਾਂ ਜਿਹੜਾ ਹੈ ਬਿਲਕੁਲ ਆਦਮ ਹੈ ਕਿ ਥੱਲੇ ਖੜਾ ਹੈ, ਇੱਕ ਇੱਥੇ ਕਹਾਵਤ ਵੀ ਹੈ ਹੀ ਖੱਡੋ ਖੱਡ ਖੜਾ ਤੇ ਟੱਕੀ ਚੜ੍ਹ ਕੇ ਨਾਥਲ ਜਾ, ਤੇ ਨਾਥਲ ਜਿਹੜਾ ਗ੍ਰਾਂ ਹੈ ਤੇ ਟੱਕੀ ਖੜੀ ਫਿਰ ਨਾਥਲ ਵੇਲੇ ਪੁੱਜਣਾ, ਨਾਥਲ ਕਿਉਂਕਿ ਡੌਂ ਚ ਪਈ ਆ, ਔਰ ਅਜੇ ਤੱਕ ਇੱਕ ਰੋਡ ਨਹੀਂ ਆ, ਹਾਂ ਮਗਰ ਕਿਤੇ ਕਿਤੇ ਬੜੀਆਂ ਸਰਕਾਰਾਂ ਦਾਅਵੇ ਕਰਦੀਆਂ ਨੇ ਪਿਛਲੀਆਂ ਵੀ, ਬਈ ਹਾਂ ਬਈ ਅਸੀਂ ਬੜੇ ਕੰਮ ਕੀਤੇ, ਮਗਰ ਇਸ ਵਾਰ ਚਲੋ ਅਸੀਂ ਧੰਨਵਾਦ ਕਰਨਾ ਇਸ ਸਰਕਾਰ ਦਾ, ਕਮ ਸੇ ਕਮ ਰੋਡ ਜਿਹੜਾ ਬਣਨਾ ਇੱਕ ਸ਼ੁਰੂਆਤ ਹੋਈ ਹੈ, ਔਰ ਰੋਡ ਦੇ ਕੰਨੇ ਕੰਨੇ ਦੇ ਲੋਕੀ ਵੀ ਇੱਕ ਗਿਫਟ ਜਿਹੜੀ ਉਹ ਦਿੱਤੀ ਜਾ, ਜਿਹੜੀ ਕਿ ਏਲੇ ਪੁਲ ਦੀ ਗੱਲ ਕਰਾ ਦੇ ਨੇ, ਇੱਥੇ ਅਗਰ ਪੁਲ ਵੀ ਬਣੀ ਆ ਇਹ ਲੋਕ ਜਿਹੜੇ ਨੇ ਕਦੇ ਵੀ ਮੇਰੇ ਖਿਆਲ 'ਚ ਜਿਹੜੀ ਮੌਜੂਦਾ ਸਰਕਾਰਾਂ ਨੇ ਇਹਦਾ ਸ਼ੁਕਰੀਆ ਅਦਾ ਕਰਨੇ ਨੇ ਲਗੇ ਭੁੱਲਣ ਕਰੀ ਹੈ, ਔਰ ਇਹ ਬੜੀ ਸਖ਼ਤ ਜ਼ਰੂਰਤ ਹੈ, ਔਰ ਬਾਬਾ ਜੀ ਦੇ ਚਰਨੇ 'ਚ ਮੈਂ ਇੱਕ ਵਾਰੀ ਦੁਬਾਰੇ ਆਉਂਦਾ ਕਿ ਅਸੀਂ ਵੀ ਆਉਣ ਵਾਲੇ ਸੌਭਾਗਯ ਪ੍ਰਾਪਤ ਹੋਇਆ, ਔਰ ਹਮੇਸ਼ਾ ਅਸੀਂ ਆਉਂਦੇ ਵੀ ਆਏ ਹਾਂ, ਹਰ ਸਥਾਨ ਉੱਪਰ ਪੁੱਜਣ ਦੀ ਕੋਸ਼ਿਸ਼ ਕਰਨੇ ਹਾਂ। ਇਸ ਜਿਹੜੀ ਗੱਲ ਕੀਤੀ ਹੈ ਕਿ ਇਹਨੇ ਬਾਬਾ ਜੀ ਦਾ ਜਿਹੜਾ ਸਥਾਨ ਹੈ ਇਹਦੀ ਕਿ ਵੱਡੀ ਗੱਦੀ ਜਿਹੜੀ ਹੈ ਡੋਰੀ ਡਿਗੇਰ ਹੈ, ਔਰ ਡੋਰੀ ਡਿਗੇਰ ਜਿਹੜੀ ਹੈ ਉਹ ਬਾਬਾ ਨਿਰਮਲ ਦੀ ਸਭ ਤੋਂ ਵੱਡੀ ਗੱਦੀ ਹੈ, ਔਰ ਉਹਦੇ ਕੋਲ ਅੱਗੇ ਇੱਕ ਇਹਦਾ ਜਨਮ ਸਥਾਨ ਪਲੇਲ ਹੈ, ਔਰ ਕਾਫੀ ਜ਼ਿਆਦਾ ਸਥਾਨ ਹੈ, ਅੱਗੇ ਸ਼ੋਹਰਾ ਵੀ ਇੱਕ ਸਥਾਨ ਹੈ,
ਕਾਫੀ ਇਹ ਸਥਾਨ ਜਿਹੜੇ ਨੇ ਬਾਬਾ ਜੀ ਦੇ, ਬਾਬਾ ਜੀ ਦਾ ਸਾਰਾ ਦਾ ਆਸ਼ੀਰਵਾਦ ਰਹੇਗਾ ਔਰ ਕਾਫੀ ਅੱਛੇ ਅੱਛੇ ਸਥਾਨ ਬਣੇ ਦੇ ਨੇ ਔਰ ਬਾਬਾ ਜੀ ਦੀ ਅਪਾਰ ਕਿਰਪਾ ਸਾਰੇ ਅੰਦਰ ਗਏ ਔਰ ਇੱਥੇ ਕਰੋੜੇ ਦੇ ਹਿਸਾਬ ਨਾਲ ਜਨਤਾ ਜਿਹੜੀ ਇੱਥੇ ਆਈ ਹੈ ਬਾਬਾ ਜੀ ਦਾ ਆਸ਼ੀਰਵਾਦ ਲੈਂਦੀ ਹੈ। ਮੈਂ ਜ਼ਿਆਦਾ ਨਹੀਂ ਆਪਦੀ ਆਪਣੀ ਗੱਲ ਦੀ ਇੱਥੇ ਮੈਂ ਖਤਮ ਕਰਨ, ਜੈ ਹਿੰਦ ਜੈ ਭਾਰਤ ਬੰਦੇ ਮਾਤਰਮ, ਜੈ ਬਾਬਾ ਸ਼੍ਰੀ ਨਿਰਮਲ ਜੀ ਕੀ, ਜੈ ਬਾਬਾ ਸ਼੍ਰੀ ਨਿਰਮਲ ਜੀ ਕੀ, ਜੈ ਬਾਬਾ ਸ਼੍ਰੀ ਨਿਰਮਲ ਜੀ ਕੀ।